ਪ੍ਰਸਾਰਣ ਕਿਸੇ ਵੀ ਰਾਸ਼ਟਰ ਦੇ ਲਈ ਸਰੀਰ ਵਿੱਚ ਲਹੂ ਵਾਂਗ ਹੁੰਦਾ ਹੈ, ਜਿਸ ਦੇ ਜ਼ਰੀਏ ਜਨ ਜਨ ਤੱਕ ਸੰਚਾਰ ਹੁੰਦਾ ਹੈ ਜਾਣਕਾਰੀਆਂ ਦਾ, ਜਾਗਰੂਕਤਾ ਦਾ, ਉਸਾਰੂ ਸੋਚ ਦਾ ਅਤੇ ਜੀਵਨ ਪਰਿਵਰਤਨ ਦਾ। ਪ੍ਰਸਾਰਣ ਧੜਕਣ ਬਣ ਕੇ ਸੰਗੀਤ ਵਾਂਗ ਸਾਡੇ ਜੀਵਨ ਦੇ ਵਿੱਚ ਗੂੰਜਦਾ ਹੈ ਅਤੇ ਸਾਡੀ ਜੀਵਨ ਸ਼ੈਲੀ ਦਾ ਇੱਕ ਅਟੁੱਟ ਹਿੱਸਾ ਬਣ ਨਿਬੜਦਾ ਹੈ। ਪੌ ਫੁਟਾਲੇ ਤੋਂ ਲੈ ਕੇ ਦੇਰ ਰਾਤ ਤੱਕ ਸਾਡਾ ਸਾਥੀ ਬਣਦਾ ਹੈ। ਆਜ਼ਾਦੀ ਤੋਂ ਬਾਅਦ ਪ੍ਰਸਾਰਣ ਨੇ ਨਵੇਂ ਭਾਰਤ ਦੀ ਬੁਲੰਦ ਨੀਂਹ ਤਿਆਰ ਕੀਤੀ। ਹਰੀ ਕ੍ਰਾਂਤੀ ਦਾ ਬੀਜ ਬੀਜਿਆ, ਤਰੱਕੀ ਦੀਆਂ ਨਵੀਆਂ ਲੀਹਾਂ ਉਸਾਰੀਆਂ। ਇੱਕ ਅਕੇਲਾ ਥੱਕ ਜਾਏਗਾ, ਮਿਲ ਕਰ ਬੋਝ ਉਠਾਨਾ, ਸਾਥੀ ਹੱਥ ਬਢਾਨਾ, ਸਾਥੀ ਹੱਥ ਬਢਾਨਾ, ਸਾਥੀ ਰੇ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ, ਜੋ ਕਿ ਖੁਦ ਇੱਕ ਪ੍ਰਭਾਵਸ਼ਾਲੀ ਬੁਲਾਰੇ ਸਨ, ਮੀਡੀਆ ਦੀ ਅਹਿਮੀਅਤ ਅਤੇ ਉਸਾਰੂ ਲੋੜ ਵਰਤੋਂ 'ਤੇ ਬਹੁਤ ਜ਼ੋਰ ਦਿਆ ਕਰਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਮੀਡੀਆ ਦਾ ਪ੍ਰਯੋਗ ਲੋਕ ਸੇਵਾ ਅਤੇ ਲੋਕ ਕਲਿਆਣ ਦੇ ਲਈ ਹੋਣਾ ਚਾਹੀਦਾ ਹੈ। ਉਹਨਾਂ ਦੀ ਇਸੀ ਸੋਚ ਦਾ ਗਵਾਹ ਬਣਿਆ ਆਕਾਸ਼ਵਾਣੀ ਦਾ ਸੰਕਲਪ, ਬਹੁਜਨ ਹਿਤਾਏ ਬਹੁਜਨ ਸੁਖਾਏ। ਪ੍ਰੋਗਰਾਮ ਦੀ ਸ਼ੁਰੂਆਤ ਆਓ ਇਸ ਖੂਬਸੂਰਤ ਗੀਤ ਦੇ ਨਾਲ ਕਰੀਏ, ਜੋ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਵਿੱਚ ਹੈ, ਫਿਲਮ ਕੁਦਰਤ 'ਚੋਂ। ਬਾਰਾਂ ਨਵੰਬਰ ਨੂੰ ਅਸੀਂ ਲੋਕ ਪ੍ਰਸਾਰਣ ਦਿਵਸ ਮਨਾਉਂਦੇ ਹਾਂ। ਇਹ ਦਿਨ ਉਸ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਆਕਾਸ਼ਵਾਣੀ ਦਿੱਲੀ ਦੇ ਸਟੂਡੀਓਜ਼ ਵਿੱਚ ਆਏ ਸਨ। ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਅਤੇ ਪਾਕਿਸਤਾਨ ਤੋਂ ਜਿਹੜੇ ਲੋਕ ਭਾਰਤ ਵਿੱਚ ਆਏ ਉਹਨਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ ਅਤੇ ਇਹ ਸ਼ਰਨਾਰਥੀ ਕੈਂਪ ਸਾਰੇ ਦਿੱਲੀ ਦੇ ਨੇੜੇ ਤੇੜੇ ਕੁਰੂਕਸ਼ੇਤਰ ਦੇ ਕੋਲ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਨਾਰਥੀ ਉੱਥੇ ਰੁਕੇ ਹੋਏ ਸੀ। ਔਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਇਹ ਇੱਛਾ ਜ਼ਾਹਿਰ ਕੀਤੀ ਕਿ ਉਹ ਸਾਰੇ ਸ਼ਰਨਾਰਥੀਆਂ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ ਅਤੇ ਉਸ ਸਮੇਂ ਵਿੱਚ ਲੋਕ ਸੰਪਰਕ ਦਾ ਇੱਕੋ ਇੱਕ ਮਾਧਿਅਮ ਸੀ ਆਕਾਸ਼ਵਾਣੀ ਅਤੇ ਮਹਾਤਮਾ ਗਾਂਧੀ ਜੀ ਆਕਾਸ਼ਵਾਣੀ ਦਿੱਲੀ ਦੇ ਸਟੂਡੀਓਜ਼ ਵਿੱਚ 12 ਨਵੰਬਰ ਨੂੰ ਆਏ ਅਤੇ ਉਹਨਾਂ ਨੇ ਆ ਕੇ ਸ਼ਰਨਾਰਥੀਆਂ ਨੂੰ ਸੰਬੋਧਨ ਕੀਤਾ। ਅੱਜ ਵੀ ਇਸ ਨੂੰ ਲੋਕ ਪ੍ਰਸਾਰਣ ਦਿਵਸ ਕਿਹਾ ਜਾਂਦਾ ਹੈ, ਪਰ ਇਸ ਨੂੰ ਲੋਕ ਪ੍ਰਸਾਰਣ ਦਿਵਸ ਸੰਨ 2000 ਤੋਂ ਕਿਹਾ ਜਾਣ ਲੱਗਾ ਔਰ ਹਰ ਸਾਲ ਅਸੀਂ ਇਸ ਦਿਨ ਲੋਕ ਪ੍ਰਸਾਰਣ ਦਿਵਸ ਮਨਾਉਂਦੇ ਹਾਂ। ਕਿਉਂਕਿ ਲੋਕ ਪ੍ਰਸਾਰਣ ਦਾ ਮਤਲਬ ਇਹ ਹੈ ਕਿ ਅਸੀਂ ਆਕਾਸ਼ਵਾਣੀ ਔਰ ਅੱਜ ਤਾਂ ਦੂਰਦਰਸ਼ਨ ਵੀ ਅਸੀਂ ਕਈ ਭਾਸ਼ਾਵਾਂ ਵਿੱਚ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਹਰ ਵਰਗ ਦੇ ਲੋਕਾਂ ਲਈ ਆਕਾਸ਼ਵਾਣੀ ਅਤੇ ਦੂਰਦਰਸ਼ਨ ਤੋਂ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਔਰ ਜਦੋਂ ਅਸੀਂ ਹਰ ਭਾਸ਼ਾ ਹਰ ਵਰਗ ਦੀ ਗੱਲ ਕਰਦੇ ਹਾਂ ਉਹੀ ਲੋਕ ਪ੍ਰਸਾਰਣ ਹੈ ਔਰ ਲੋਕਾਂ ਦੇ ਭਲੇ ਦੀ ਗੱਲ ਕਰਦੇ ਹਾਂ ਇਹੀ ਲੋਕ ਪ੍ਰਸਾਰਣ ਹੈ। ਰੁਲੀਆ ਰਾਮ ਜੀ ਜੈ ਹਿੰਦ ਜੀ। ਜੈ ਹਿੰਦ ਜੀ, ਜੈ ਹਿੰਦ ਜੀ। ਰੰਗਾ ਸਿੰਘ ਜੀ, ਕੀ ਹਾਲ ਚਾਲ ਹੈ ਬੱਚਿਆਂ ਨੂੰ ਤੁਹਾਡਾ? ਹਾਲੇ ਚਾਲੇ ਵਾਹ ਵਾਹ ਭਲੀ ਗੱਲ ਇਹ ਆ ਵੀ ਅੱਜ ਸਾਈਕਲ ਦਾ ਵੀ ਮੇਰਾ ਦੇਖੋ ਹਾਲ ਚਾਲ ਬਿਲਕੁਲ ਠੀਕ ਆ। ਅੱਛਾ, ਆਹ ਗੱਲ ਆ ਦੇਖੋ, ਜਿੱਦਾਂ ਕਹਿੰਦੇ ਨੇ ਬੱਸਾਂ 'ਚ ਵੀ ਲਿਖਿਆ ਹੁੰਦਾ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਜਿਹੜੇ ਵੀ ਚੀਜ਼ ਹੈ, ਕੋਈ ਵੀ ਵਾਹਨ ਹੈ, ਕਿਸੇ ਕੋਲ ਸਾਈਕਲ ਹੈ, ਕਿਸੇ ਕੋਲ ਮੋਟਰਸਾਈਕਲ ਹੈ, ਕਿਸੇ ਕੋਲ ਕਾਰ ਹੈ, ਜੇ ਰੰਗਾ ਸਿੰਘ ਜੀ ਚੀਜ਼ ਨੂੰ ਖਰੀਦਣ ਦਾ ਸ਼ੌਕ ਹੈ ਤਾਂ ਉਹਨੂੰ ਸਾਂਭਣ ਦਾ ਸ਼ੌਕ ਵੀ ਨਾਲ ਰੱਖਣਾ ਚਾਹੀਦਾ। ਬਿਲਕੁਲ, ਵੇਖੋ ਜੀ, ਵਾਹਨ ਦੀ ਤੁਸੀਂ ਗੱਲ ਕੀਤੀ,
ਇੱਥੇ ਸਾਈਕਲ ਅੱਗੇ ਵੇਖੋ ਮੈਂ ਲਾਈਟ ਵੀ ਲਵਾਈ ਆ ਅੱਛਾ ਪਿੱਛੇ ਕੈਰੀਅਰ ਵੀ ਲਵਾਇਆ ਅੱਛਾ ਤੇ ਇੱਕ ਹੋਰ ਗੱਲ ਆ ਇੱਕ ਨਵੀਂ ਸੀਟ ਵੀ ਲਵਾ ਲਈ ਅੱਗੇ ਡੰਡੇ ਅੱਛਾ ਉਹ ਮੈਂ ਕਿਹਾ ਕਈ ਵਾਰੀ ਕਿਸੇ ਨੂੰ ਬੱਚੇ ਨੂੰ ਜਵਾਕ ਨੂੰ ਬਿਠਾਉਂਦੇ ਝੂਟੇ ਵੀ ਦੇਣੇ ਪੈਂਦੇ ਆ ਝੂਟੇ ਵੀ ਦੇਣੇ ਪੈਂਦੇ ਇਹ ਨਾ ਹੋਵੇ ਮੁੜ ਕੇ ਬੈਠ ਕੇ ਜਨਾ ਪਹੁੰਚੋ ਤੇ ਲੋਕਾਂ ਦੇ ਨਿਆਣਿਆਂ ਨੂੰ ਝੂਟੇ ਦਿੰਦੇ ਰਹੋ ਉਹ ਨਹੀਂ ਜਨਾਬੇ ਵਾਲਾ ਗੱਲ ਇਹ ਆ ਵੀ ਕਿਤੇ ਧੰਦੇ ਤੋਂ ਇਲਾਵਾ ਕਿਤੇ ਆਉਣਾ ਜਾਣਾ ਪਏ ਮੇਰਾ ਕਿਹੜਾ ਪੈਟਰੋਲ ਲੱਗਣਾ ਅੱਜ ਕੱਲ੍ਹ ਤਾਂ ਬਹੁਤ ਸਾਰੇ ਮਾਧਿਅਮ ਹੋ ਚੁੱਕੇ ਹੈ ਲੋਕਾਂ ਨਾਲ ਗੱਲ ਕਰਨ ਦੇ ਪਰ ਇਹ ਹੈ ਕਿ ਪਹਿਲੇ ਆਕਾਸ਼ਵਾਣੀ ਹੀ ਲੋਕ ਪ੍ਰਸਾਰਣ ਦਾ ਮਾਧਿਅਮ ਸੀ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਇਸ ਨੂੰ ਲੋਕ ਪ੍ਰਸਾਰਣ ਮਾਧਿਅਮ ਦੇ ਤੌਰ 'ਤੇ ਵਰਤਿਆ ਹੈ ਔਰ ਉਹਨਾਂ ਨੇ ਲੋਕਾਂ ਦੇ ਨਾਲ ਮਨ ਕੀ ਬਾਤ ਪ੍ਰੋਗਰਾਮ ਜਿਹੜਾ ਪੇਸ਼ ਕਰਦੇ ਹੈ ਉਹ ਲੋਕਾਂ ਦੇ ਨਾਲ ਜਨ ਸੰਪਰਕ ਦਾ ਹੀ ਇੱਕ ਮਾਧਿਅਮ ਹੈ ਲੋਕਾਂ ਦੇ ਨਾਲ ਆਪਣੇ ਦਿਲ ਦੀ ਗੱਲ ਕਰਨ ਦਾ ਇਹ ਮਾਧਿਅਮ ਹੈ ਇਸੇ ਕਰਕੇ ਅਸੀਂ ਲੋਕ ਪ੍ਰਸਾਰਣ ਦਾ ਮਾਧਿਅਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੂੰ ਮੰਨਦੇ ਹਾਂ ਪ੍ਰਸਾਰਣ ਚਾਹੇ ਆਕਾਸ਼ਵਾਣੀ ਦਾ ਹੋਏ ਜਾਂ ਫਿਰ ਦੂਰਦਰਸ਼ਨ ਦਾ ਸਾਲਾਂ ਤੋਂ ਜਨ ਕਲਿਆਣ ਦੀ ਭੂਮਿਕਾ ਲੋਕ ਸੇਵਾ ਪ੍ਰਸਾਰਣ ਦੇ ਰੂਪ ਵਿੱਚ ਨਿਭਾ ਰਿਹਾ ਹੈ ਕਿਸਾਨਾਂ ਦੀ ਗੱਲ ਹੋਏ ਜਾਂ ਔਰਤਾਂ ਦੀ ਨੌਜਵਾਨਾਂ ਨੂੰ ਸੇਧ ਦੇਣ ਦੀ ਗੱਲ ਹੋਏ ਜਾਂ ਫਿਰ ਜਨ ਕਲਿਆਣ ਯੋਜਨਾਵਾਂ ਦਾ ਹੌਕਾ ਦੇਣ ਦੀ ਪ੍ਰਸਾਰ ਭਾਰਤੀ ਨੇ ਹਮੇਸ਼ਾ ਸਵਸਥ ਅਤੇ ਲੋੜੀਂਦੀ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਨਿਭਾਈ ਹੈ ਪ੍ਰਸਾਰ ਭਾਰਤੀ ਦੁਨੀਆ ਦੇ ਸਭ ਤੋਂ ਵੱਡੇ ਪ੍ਰਸਾਰਣ ਸੰਗਠਨਾਂ 'ਚੋਂ ਇੱਕ ਹੈ ਭਾਸ਼ਾਈ ਇਲਾਕਾਈ ਸੱਭਿਆਚਾਰਕ ਧਾਰਮਿਕ ਏਕਤਾ ਨੂੰ ਬਣਾਈ ਰੱਖਣਾ ਇਸ ਨੂੰ ਸਹੇਜਣਾ ਅਤੇ ਹੋਰ ਪ੍ਰਚਾਰ ਪ੍ਰਸਾਰ ਕਰਨਾ ਪ੍ਰਸਾਰ ਭਾਰਤੀ ਆਪਣੀ ਪ੍ਰਮੁੱਖ ਜ਼ਿੰਮੇਵਾਰੀ ਮੰਨਦਾ ਹੈ ਪ੍ਰਸਾਰ ਭਾਰਤੀ ਸੱਚੀਆਂ ਖਬਰਾਂ ਲੋਕਾਂ ਤੱਕ ਪਹੁੰਚਾ ਰਿਹਾ ਹੈ ਸੂਚਨਾਵਾਂ ਨਾਲ ਲੋਕਾਂ ਨੂੰ ਲਗਾਤਾਰ ਜਾਗਰੂਕ ਕਰ ਰਿਹਾ ਹੈ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੀ ਲੋਕਪ੍ਰਿਯਤਾ ਇਸੇ ਦਾ ਹੀ ਤਾਂ ਪ੍ਰਮਾਣ ਹੈ ਕਿ ਸੱਚਾ ਸੁੱਚਾ ਅਤੇ ਉਸਾਰੂ ਪ੍ਰਸਾਰਣ ਹੀ ਹਮੇਸ਼ਾ ਜ਼ਿੰਦਾ ਰਹਿੰਦਾ ਹੈ ਅਤੇ ਨਾ ਸਿਰਫ ਖੁਦ ਜ਼ਿੰਦਾ ਰਹਿੰਦਾ ਹੈ ਬਲਕਿ ਜਨ ਜਨ ਦੇ ਵਿੱਚ ਨਵਾਂ ਜੀਵਨ ਵੀ ਭਰਦਾ ਹੈ ਬਦਲਦੇ ਸਮੇਂ ਵਿੱਚ ਰੇਡੀਓ ਦੂਰਦਰਸ਼ਨ ਵੀ ਡਿਜੀਟਲ ਹੋ ਚੁੱਕਿਆ ਹੈ ਮਕਸਦ ਹੈ ਬਦਲਦੇ ਸਮੇਂ ਨਾਲ ਚੱਲਦਿਆਂ ਹੋਇਆਂ ਸਵਸਥ ਮਨੋਰੰਜਨ ਦੀ ਰਵਾਇਤ ਬਣਾਈ ਰੱਖਣਾ ਆਕਾਸ਼ਵਾਣੀ ਦੂਰਦਰਸ਼ਨ ਇਸੀ ਲੋਕ ਸੇਵਾ ਪ੍ਰਸਾਰਣ ਦੀ ਤਸਵੀਰ ਹੈ ਜੋ ਦਿਲ ਨੂੰ ਰੂਹ ਨੂੰ ਪ੍ਰਫੁੱਲਿਤ ਕਰ ਸਕੇ ਉਹ ਆਵਾਜ਼ ਹੈ 12 ਨਵੰਬਰ ਲੋਕ ਸੇਵਾ ਪ੍ਰਸਾਰਣ ਦਿਵਸ ਸਾਨੂੰ ਸਭਨਾਂ ਨੂੰ ਮੁਬਾਰਕ ਹੋਵੇ ਦੇਸ਼ ਦੇ ਸਭ ਤੋਂ ਵੱਡੇ ਪ੍ਰਸਾਰਣ ਦਾ ਹਿੱਸਾ ਬਣਨਾ ਮੁਬਾਰਕ ਹੋਵੇ